karme namast nirbharme namast nirdeshe namast nirbheshe namast nirname namast nirkame namast nirdhate namast nirghate Sadhguru ji de saje nawaje satkar yog premi darshak sajno Vaheguru ji ka khalsa Vaheguru ji ki fateh Sri Guru Gobind Singh Paatshah ji di paavan rachna Jaap Sahib de vichar kar rahe haan dusre chhant chhapay chhant to agle chhant purjang paryaat chhant de vichar chal rahi hai ਇਹ 27 ਪਦਾਂ ਦਾ ਲੰਮਾ ਛੰਤ ਹੈ ਜਿਹਦੇ ਪਹਿਲੇ 9 ਪਦਾਂ ਦੇ ਵਿਚਾਰ ਪਹਿਲਾਂ ਕੀਤੀ ਸੀ ਅੱਜ 10ਵੇਂ ਪਦ ਤੋਂ 18ਵੇਂ ਪਦ ਤੱਕ ਦੇ ਵਿਚਾਰ ਕਰ ਰਹੇ ਹਾਂ ਹਰੇਕ ਪਦ ਤੋਂ ਪਹਿਲਾਂ ਨਮਸਤੰ ਸ਼ਬਦ ਆਇਆ ਹੈ ਜਿਹਦਾ ਭਾਵ ਹੈ ਤੈਨੂੰ ਨਮਸਕਾਰ ਹੈ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਦਾ ਇਹ ਮੂਲ ਸਰੋਤ ਹੈ ਆਧਾਰ ਹੈ ਕਿ ਵਾਹਿਗੁਰੂ ਕਿਤਨੇ ਹੀ ਬੇਅੰਤ ਅਤੇ ਅਨੰਤ ਗੁਣਾਂ ਦਾ ਮਾਲਕ ਹੈ ਔਰ ਉਹਦੇ ਗੁਣਾਂ ਵਿੱਚ ਬਹੁਤ ਅਦਭੁਤਤਾ ਹੈ ਵਿਚਿੱਤਰਤਾ ਹੈ ਪਰ ਉਹਨਾਂ ਸਾਰਿਆਂ ਨੂੰ ਵੇਖ ਕੇ ਸ਼ਰਧਾਲੂ ਨਮਸਕਾਰ ਕਰਦਾ ਹੈ ਉਹ ਸਾਰੇ ਹੀ ਗੁਣ ਸਨਮਾਨ ਯੋਗ ਹਨ ਨਮਸਕਾਰ ਯੋਗ ਹਨ ਤਾਂ ਪਾਤਸ਼ਾਹ ਫਰਮਾਉਂਦੇ ਹਨ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਿਰਕਰਮ ਕਰਮ ਦਾ ਭਾਵ ਇੱਥੇ ਧਾਰਮਿਕ ਰੀਤਾਂ ਰਸਮਾਂ ਤਾਂ ਪਰਮੇਸ਼ੁਰ ਕਿਸੇ ਧਾਰਮਿਕ ਰੀਤ ਰਸਮ ਵਿੱਚ ਨਹੀਂ ਹੈ ਨਮਸਤੰ ਨਿਰਭਰਮੇ ਉਹ ਕਿਸੇ ਭਰਮ ਭੁਲੇਖੇ ਵਿੱਚ ਵੀ ਨਹੀਂ ਹੈ ਉਹਦੀ ਹਸਤੀ ਤਾਂ ਮਹਾਨ ਪ੍ਰਕਾਸ਼ਵਾਨ ਹਸਤੀ ਹੈ ਨਮਸਤੰ ਨਿਰਦੇਸ਼ੇ ਉਹਦਾ ਕੋਈ ਦੇਸ ਨਹੀਂ ਐਸੇ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ ਨਮਸਤੰ ਨਿਰਭੇਸ਼ੇ ਉਹਦਾ ਕੋਈ ਭੇਖ ਵੀ ਨਹੀਂ ਕੋਈ ਖਾਸ ਕਿਸਮ ਦੇ ਵਸਤਰ ਨਹੀਂ ਜਿਹੜੇ ਉਸਨੇ ਧਾਰਨ ਕੀਤੇ ਹੋਣ ਨਮਸਤੰ ਨਿਰਨਾਮੇ ਨਮਸਤੰ ਨਿਕਾਮੇ ਨਮਸਤੰ ਨਿਧਾਤੇ ਨਮਸਤੰ ਨਿਘਾਤੇ ਨਿਰਨਾਮੇ ਉਸ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ ਜੋ ਜਿਹਦਾ ਕੋਈ ਨਾਮ ਹੀ ਨਹੀਂ ਇਹ ਸਾਰੇ ਨਾਮ ਜਿਹੜੇ ਹਨ ਇਹ ਸੰਸਾਰੀ ਸ਼ਰਧਾਲੂਆਂ ਨੇ ਮਹਾਂਪੁਰਸ਼ਾਂ ਨੇ ਪਰਮੇਸ਼ੁਰ ਦੇ ਰੱਖੇ ਹਨ ਪਰ ਮੂਲ ਰੂਪ ਵਿੱਚ ਪਰਮੇਸ਼ੁਰ ਦਾ ਕੋਈ ਨਾਮ ਨਹੀਂ ਹੈ ਉਸ ਪਰਮੇਸ਼ੁਰ ਨੂੰ ਸਾਡੀ ਨਮਸਕਾਰ ਹੈ ਜਿਹੜਾ ਨਿਰਕਾਮ ਹੈ ਵਾਸ਼ਨਾ ਰਹਿਤ ਹੈ ਉਸਨੂੰ ਕੋਈ ਕਾਮਨਾ ਨਹੀਂ ਹੈ ਨਮਸਤੰ ਨਿਧਾਤੇ ਉਸ ਪਰਮੇਸ਼ੁਰ ਨੂੰ ਸਾਡੀ ਨਮਸਕਾਰ ਹੈ ਜੋ ਤੱਤਾਂ ਤੋਂ ਰਹਿਤ ਹੈ ਪੰਜ ਤੱਤ ਦੀ ਰਚਨਾ ਤੋਂ ਨਹੀਂ ਬਣਿਆ ਉਹ ਅਤੱਤੰਗ ਹੈ ਨਮਸਤੰ ਨਿਘਾਤੇ ਨਿਘਾਤ ਘਾਤ ਹੁੰਦਾ ਕਿਸੇ ਚੀਜ਼ ਨੂੰ ਚੋਟ ਮਾਰਨਾ ਸੱਟ ਮਾਰਨਾ ਉਸ ਪਰਮੇਸ਼ੁਰ ਨੂੰ ਕੋਈ ਸੱਟ ਨਹੀਂ ਮਾਰ ਸਕਦਾ ਕੋਈ ਚੋਟ ਨਹੀਂ ਕਰ ਸਕਦਾ ਉਹ ਸੰਸਾਰ ਦੇ ਵੱਡੇ ਤੋਂ ਵੱਡੇ ਸੂਰਬੀਰਾਂ ਯੋਧਿਆਂ ਦੀ ਪਕੜ ਤੋਂ ਵੀ ਉੱਪਰ ਹੈ ਤਾਂ ਇਸ ਪ੍ਰਕਾਰ ਪਰਮੇਸ਼ੁਰ ਦੇ ਗੁਣਾਂ ਨੂੰ ਨਿਰੀ ਲਗਾ ਕੇ ਇੱਥੇ ਪ੍ਰਗਟ ਕੀਤਾ ਗਿਆ ਬਈ ਇਹ ਵੀ ਨਹੀਂ ਇਹ ਵੀ ਨਹੀਂ ਇਹਨਾਂ ਸਾਰਿਆਂ ਨਾ ਵਾਚਕ ਗੁਣਾਂ ਵਿੱਚ ਵੀ ਪਰਮੇਸ਼ੁਰ ਦੀ ਹਸਤੀ ਉਹਦੇ ਤੇਜ ਉਹਦੇ ਓਜ ਦਾ ਹੀ ਪ੍ਰਗਟਾਵਾ ਹੁੰਦਾ ਮਹਾਰਾਜ ਨੇ ਇਹ ਸਾਰੀਆਂ ਵਿਚਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਦਿੱਤੀਆਂ ਹਨ ਕਿ ਕਰਮ ਕਾਂਡ ਵਿੱਚ ਪਰਮਾਤਮਾ ਨਹੀਂ ਹੈ ਰੀਤਾਂ ਰਸਮਾਂ ਵਿੱਚ ਨਹੀਂ ਹੈ ਇਹਦੀ ਬੜੀ ਸੁੰਦਰ ਵਿਆਖਿਆ ਗੋੜੀ ਰਾਗ ਦੇ ਸ਼ਬਦ ਵਿੱਚ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਰਦੇ ਹਨ ਹਰ ਬਿਨੇ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਏ ਓਰੈ ਮੂਛੇ ਰਹਾਓ ਵੀ ਮੂਲ ਵਾਹਿਗੁਰੂ ਦੀ ਭਗਤੀ ਹੈ ਪਰ ਭਗਤੀ ਨੂੰ ਛੱਡ ਕੇ ਪ੍ਰੇਮ ਰਸ ਲੈਣ ਦੀ ਭਾਵਨਾ ਛੱਡ ਕੇ ਮਨੁੱਖ ਕਰਮ ਕਾਂਡਾਂ ਵਿੱਚ ਪੈ ਗਿਆ ਤੋ ਭਗਤੀ ਤੋਂ ਬਿਨਾਂ ਸਾਰੇ ਹੀ ਕਰਮ ਕਾਂਡ ਵਿਅਰਥ ਹਨ ਭਾਵੇਂ ਜਪ ਕਰ ਲਓ ਭਾਵੇਂ ਤਪ ਕਰ ਲਓ ਭਾਵੇਂ ਸੰਜਮ ਕਰ ਲਓ ਇਹ ਸਾਰੇ ਦੇ ਸਾਰੇ ਇਨਸਾਨ ਨੂੰ ਗੁੰਮਰਾਹ ਕਰਦੇ ਹਨ ਉਹਦੀ ਤਾਕਤ ਨੂੰ ਖੁਆਰ ਕਰਦੇ ਹਨ
ਇਹ ਸਾਰੇ ਕਿਸੇ ਕੰਮ ਨਹੀਂ ਆਉਂਦੇ। ਵਰਤ ਨੇਮ ਸੰਜਮ ਮੈਂ ਰਹਿਤਾ ਤਿਨ ਘਾਟ ਨਾ ਪਾਇਆ, ਆ ਗਏ ਚਲਣ ਔਰ ਹੈ ਭਾਈ ਉਹਾਂ ਕਾਮ ਨਾ ਆਇਆ। ਭਾਵੇਂ ਕੋਈ ਵਰਤ ਰੱਖੇ ਹੋਰ ਅਨੇਕਾਂ ਨਿਯਮਾਂ ਦਾ ਧਾਰਨੀ ਹੋਵੇ, ਭਾਵੇਂ ਉਹ ਸੰਜਮ ਰੱਖੇ, ਐਸੇ ਮਨੁੱਖ ਨੇ ਵੀ ਪਰਮਾਤਮਾ ਦਾ ਕੋਈ ਭੇਦ ਤਿਲ ਮਾਤਰ ਭੇਦ ਵੀ ਨਹੀਂ ਪਾਇਆ। ਆਡ ਤਿਲ ਮਾਤਰ ਵੀ ਥੋੜ੍ਹਾ ਜਿਹਾ ਵੀ ਉਸ ਵਾਹਿਗੁਰੂ ਦੇ ਦੇਸ਼ ਤੱਕ ਪਹੁੰਚਣ ਲਈ ਕੇਵਲ ਅਤੇ ਕੇਵਲ ਪ੍ਰੇਮ ਦਾ ਹੀ ਮਾਰਗ ਪ੍ਰਵਾਨ ਹੈ। ਆ ਗਿਆ ਚਰਨ ਹੋਰ ਹੈ ਭਾਈ, ਇਹ ਸਾਰੇ ਕਰਮ ਕਾਂਡ ਪਰਮੇਸ਼ੁਰ ਦੇ ਕੰਮ ਨਹੀਂ ਆਉਂਦੇ, ਉਸਦੀ ਪ੍ਰਾਪਤੀ ਲਈ ਸਹਾਇਕ ਨਹੀਂ ਹਨ। ਬਾਣੀ ਵਿੱਚ ਹੋਰ ਜਗ੍ਹਾ 'ਤੇ ਵੀ ਸਤਿਗੁਰਾਂ ਨੇ ਫਰਮਾਇਆ ਹੈ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਵੀ ਜਿਹੜੇ ਪਰਮੇਸ਼ੁਰ ਦੇ ਨਾਂ ਉੱਤੇ ਕਰਮ ਕਾਂਡ ਅਤੇ ਪਖੰਡ ਦਿਖਾਵੇ ਦੇ ਲੋਕ ਕਰਮ ਕਰਦੇ ਹੈ, ਉਹਨਾਂ ਨਾਲ ਜਮਾਂ ਤੋਂ ਛੁਟਕਾਰਾ ਨਹੀਂ ਹੋਣਾ। ਬਸ ਸੱਚਾ ਭਗਤੀ ਦਾ ਰੂਪ ਹੈ ਕੀਰਤਨ, ਵਾਹਿਗੁਰੂ ਦਾ ਜਸ ਕਰਨਾ, ਮਨ ਜੋੜ ਕੇ ਸ਼ਰਧਾ ਭਾਵਨਾ ਸਹਿਤ, ਇਹਦੇ ਨਾਲ ਹੀ ਜੀਵ ਦਾ ਛੁਟਕਾਰਾ ਹੈ। ਤੋ ਅਸਲ ਭਗਤੀ ਦਾ ਜੋ ਸਰੂਪ ਹੈ ਉਹ ਪ੍ਰੇਮਾ ਭਗਤੀ ਦਾ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ। ਫਿਰ ਇੱਥੇ ਉਸ ਪਰਮੇਸ਼ੁਰ ਦੇ ਸਰੂਪ ਦੀ ਗੱਲ ਆਈ, ਉਹਦਾ ਕੋਈ ਭੇਖ ਨਹੀਂ, ਉਹਦਾ ਸਰੀਰ ਦਾ ਕੋਈ ਰੰਗ ਰੂਪ ਨਹੀਂ ਔਰ ਉਹਦੇ ਸਰੀਰ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਉਹ ਪੰਜਾਂ ਤੱਤਾਂ ਤੋਂ ਹੀ ਨਹੀਂ ਬਣਿਆ। ਇਸ ਬਾਰੇ ਵੀ ਪਾਤਸ਼ਾਹ ਮਲਾਰ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾ ਤਿਸ ਰੂਪ ਨਾ ਰੇਖ ਵਰਨ ਸਬਾਇਆ, ਨਾ ਤਿਸ ਭੁੱਖ ਪਿਆਸ ਰੱਜਾ ਧਾਇਆ। ਵੀ ਉਸ ਪਰਮੇਸ਼ੁਰ ਦਾ ਕੋਈ ਰੂਪ ਰੰਗ ਰੇਖ ਪੇਖ ਹੈ ਹੀ ਨਹੀਂ, ਕੋਈ ਵਰਨ ਹੀ ਨਹੀਂ, ਔਰ ਨਾ ਉਸਨੂੰ ਕੋਈ ਸਾਡੇ ਵਾਂਗੂ ਭੁੱਖ ਪਿਆਸ ਲੱਗਦੀ ਹੈ। ਉਹ ਤਾਂ ਸਦਾ ਹੀ ਰੱਜਿਆ ਹੋਇਆ ਸੰਤੁਸ਼ਟ ਹੈ ਔਰ ਹਮੇਸ਼ਾ ਹੀ ਸੰਸਾਰ ਦੇ ਵਿੱਚ ਉਹਦੀ ਜੋਤ ਬਿਰਾਜਮਾਨ ਹੈ। ਨਮਸਤੰ ਨਿਧਾਤੇ ਨਮਸਤੰ ਨਿਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ। ਨਿਧੂਤੇ ਨਿਧੂਤੇ ਭਾਵ ਅਹਿਲ, ਜਿਸਨੂੰ ਕੋਈ ਹਿਲਾ ਨਹੀਂ ਸਕਦਾ, ਐਸੇ ਪਰਮੇਸ਼ੁਰ ਨੂੰ ਸਾਡੀ ਨਮਸਕਾਰ ਹੈ। ਨਮਸਤੰ ਅਭੂਤੇ ਭੂਤ ਭਾਵ ਤੱਤ, ਉਹ ਤੱਤਾਂ ਤੋਂ ਪਰੇ, ਪੰਜ ਭੂਤ ਤੋਂ ਪਰੇ, ਪੰਜਾਂ ਤੱਤਾਂ ਤੋਂ ਪਰੇ ਹੈ, ਐਸੇ ਪਰਮੇਸ਼ੁਰ ਨੂੰ ਸਾਡੀ ਨਮਸਕਾਰ ਹੈ। ਨਮਸਤੰ ਅਲੋਕੇ, ਲੋਕਣਾ ਦੇਖਣਾ ਦਰਸ਼ਨ ਕਰਨੇ, ਪਰਮੇਸ਼ੁਰ ਸਾਡੇ ਵਿਜ਼ਨ ਵਿੱਚ ਨਹੀਂ, ਸਾਡੇ ਦੇਖਣ ਵਿੱਚ ਨਹੀਂ ਹੈ, ਉਹ ਅਦ੍ਰਿਸ਼ ਹੈ, ਐਸੇ ਪਰਮੇਸ਼ੁਰ ਨੂੰ ਸਾਡੀ ਨਮਸਕਾਰ ਹੈ। ਨਮਸਤੰ ਅਸੋਕੇ, ਅਸੋਕੇ ਸ਼ੋਕ ਦੁੱਖ ਗਮ, ਵਾਹਿਗੁਰੂ ਸ਼ੋਕ ਤੋਂ ਵੀ ਰਹਿਤ ਹੈ। ਭਾਵੇਂ ਸੰਸਾਰ ਦੇ ਵਿੱਚ ਆਏ ਦਿਨ ਅਨੇਕਾਂ ਹੀ ਆਪਦਾਵਾਂ ਆਉਂਦੀਆਂ, ਕਸ਼ਟ ਆਉਂਦੇ, ਮੁਸੀਬਤਾਂ ਆਉਂਦੀਆਂ, ਦੁੱਖ ਆਉਂਦੇ, ਘਰ ਵਾਹਿਗੁਰੂ ਅਕਾਲ ਪੁਰਖ ਸਭ ਕੁਝ ਵੇਖਦਾ ਹੈ, ਪਰ ਉਹਦੇ ਹਿਰਦੇ ਵਿੱਚ ਕੋਈ ਸ਼ੋਕ ਦੀ ਭਾਵਨਾ ਨਹੀਂ ਪੈਦਾ ਹੁੰਦੀ, ਸ਼ੋਕ ਰਹਿਤ ਹੈ ਉਹ। ਇਸ ਤਰ੍ਹਾਂ ਨਮਸਤੰ ਨਿਰਤਾਪੇ, ਤਾਪ ਸਰੀਰ ਨੂੰ, ਰੋਗ ਸਰੀਰ ਨੂੰ, ਕਿਸੇ ਤਰ੍ਹਾਂ ਦੀ ਬਿਮਾਰੀ, ਇਹ ਵੀ ਪਰਮੇਸ਼ੁਰ ਦੇ ਤੋਂ ਉੱਪਰ ਹੈ, ਪਰਮੇਸ਼ੁਰ ਇਸ ਤੋਂ ਉੱਪਰ ਹੈ, ਉਹ ਤਾਪ ਤੋਂ ਵੀ ਰਹਿਤ ਹੈ, ਐਸੇ ਪਰਮੇਸ਼ੁਰ ਨੂੰ ਸਾਡਾ ਨਮਸਕਾਰ ਹੈ। ਨਮਸਤੰ ਅਥਾਪੇ, ਉਹ ਕਿਸੇ ਦਾ ਥਾਪਿਆ ਜਾਂ ਬਣਾਇਆ ਹੋਇਆ ਨਹੀਂ ਹੈ, ਐਸੇ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ। ਨਮਸਤੰ ਤ੍ਰਿਮਾਨੇ, ਤਿੰਨਾਂ ਲੋਕਾਂ ਵਿੱਚ ਉਹਦਾ ਮਾਣ ਹੈ, ਹਰ ਜਗ੍ਹਾ, ਕੋਈ ਐਸੀ ਥਾਂ ਨਹੀਂ, ਜ਼ਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਵਾਢ ਹੈ ਨਾ ਘਾਟ ਹੈ ਨਾ ਵਾਢ ਘਾਟ ਹੋਟ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਫੁਰਮਾਨ ਹੈ ਕਿ ਤਿੰਨਾਂ ਲੋਕਾਂ ਵਿੱਚ ਪਰਮੇਸ਼ੁਰ ਦਾ ਨੂਰ ਹੈ, ਜ਼ਹੂਰ ਹੈ, ਉਹ ਸਭ ਜਗ੍ਹਾ ਉਹਦੀ ਪ੍ਰਭਤਾ ਇੱਕੋ ਜਿਹੀ ਹੈ, ਤਿੰਨਾਂ ਲੋਕਾਂ 'ਚੋਂ ਮੰਨਿਆ ਜਾਂਦਾ, ਐਸੇ ਪਰਮੇਸ਼ੁਰ ਨੂੰ ਸਾਡੀ ਨਮਸਕਾਰ ਹੈ। ਨਮਸਤੰ ਨਿਧਾਨੇ, ਨਿਧਾਨ ਖਜ਼ਾਨਾ, ਉਹ ਸਾਰਾ ਹੀ ਖਜ਼ਾਨਾ ਦਾ ਆਧਾਰ ਹੈ, ਐਸੇ ਪਰਮੇਸ਼ੁਰ ਨੂੰ ਸਾਡੀ ਨਮਸਕਾਰ ਹੈ। ਸੋ ਇਹ ਸਾਰੇ ਗੁਣ ਜਿਹੜੇ ਹਨ ਵਾਹਿਗੁਰੂ ਦੇ, ਕਿ ਉਹ ਅਹਿਲ ਹੈ, ਉਹ ਪੰਜ ਤੱਤਾਂ ਤੋਂ ਰਹਿਤ ਹੈ, ਉਹ ਸਾਡੇ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ,
ਉਹ ਸ਼ੋਕ ਰਹਿਤ ਹੈ, ਉਹਨੂੰ ਕੋਈ ਤਾਪ ਨਹੀਂ ਵਿਆਪਦਾ, ਉਹਨੂੰ ਕੋਈ ਥਾਪ ਨਹੀਂ ਸਕਦਾ, ਬਣਾ ਨਹੀਂ ਸਕਦਾ। ਤਿੰਨਾਂ ਲੋਕਾਂ ਵਿੱਚ ਉਹਦੀ ਮਾਨਤਾ ਹੈ ਔਰ ਉਹ ਸਾਰੇ ਹੀ ਖਜ਼ਾਨਿਆਂ ਦਾ ਮਾਲਕ ਹੈ। ਸੋ ਇਹਨਾਂ ਸਾਰਿਆਂ ਗੁਣਾਂ ਦੀ ਵਿਆਖਿਆ ਬਾਣੀ ਦੇ ਸ਼ਬਦਾਂ ਵਿੱਚ ਵੀ ਹੋਈ ਹੈ। ਸੋਠ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਹਨ, ਅਲਖ ਅਪਾਰ ਅਗਮ ਅਗੋਚਰ ਨਾ ਤਿਸ ਕਾਲ ਨਾ ਕਰਮਾ, ਜਾਤ ਅਜਾਤ ਅਜੋਨੀ ਸੰਭੋ ਨਾ ਤਿਸ ਭਾਉ ਨਾ ਪਰਮਾ। ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ, ਅਲਖ ਹੈ, ਉਹਦੀ ਕੋਈ ਸੀਮਾ ਨਹੀਂ, ਪਰਾਵਾਰ ਨਹੀਂ ਹੈ, ਉਹ ਸਾਡੇ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਅਗੋਚਰ ਹੈ, ਔਰ ਉਸਨੂੰ ਕੋਈ ਕਾਲ ਨਹੀਂ ਵਿਆਪਦਾ ਔਰ ਨਾ ਸੰਸਾਰ ਦੇ ਕਰਮ ਕਾਂਡਾਂ ਕਰਕੇ ਉਹ ਰਿਝਦਾ ਹੈ। ਉਹਦੀ ਕੋਈ ਜਾਤ ਪਾਤ ਨਹੀਂ, ਉਹ ਜੋਨਾਂ ਵਿੱਚ ਨਹੀਂ ਹੈ, ਆਪਣੇ ਆਪ ਤੋਂ ਹੀ ਪੈਦਾ ਹੋਇਆ ਔਰ ਉਸਨੂੰ ਕਿਸੇ ਤਰ੍ਹਾਂ ਦਾ ਭਰਮ ਭੁਲੇਖਾ ਨਹੀਂ ਹੈ। ਇਸੇ ਤਰ੍ਹਾਂ ਸਾਰੰਗ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਆਦ ਬਿਆਦ ਉਪਾਦ ਸਭ ਨਾਸੀ ਬਿਨਸੇ ਤੀਨੇ ਤਾਪੋ, ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ ਚੁੱਕੇ ਸੋਗ ਸੰਤਾਪ। ਉੱਪਰ ਸ਼ਬਦ ਆਇਆ ਨਿਰਤਾਪੇ, ਉਹ ਤਾਪਾਂ ਤੋਂ ਰਹਿਤ, ਦੁੱਖਾਂ ਬਿਮਾਰੀਆਂ ਤੋਂ ਰਹਿਤ। ਆਦ ਬਿਆਦ ਉਪਾਦ ਦੇ ਤਿੰਨ ਤਰ੍ਹਾਂ ਦੇ ਤਾਪ ਜਾਂ ਤਿੰਨ ਤਰ੍ਹਾਂ ਦੇ ਔਗਣ, ਤਿੰਨ ਤਰ੍ਹਾਂ ਦੇ ਰੋਗ ਮੰਨੇ ਗਏ। ਤੋ ਇਹ ਹਨ ਆਦ ਬਿਆਦ ਉਪਾਦ। ਇੱਕ ਹੁਣ ਮਾਨਸਿਕ ਰੋਗ, ਮਾਨਸਿਕ ਚਿੰਤਾਵਾਂ ਫਿਕਰ, ਇੱਕ ਸਰੀਰਕ ਰੋਗ, ਇੱਕ ਕੁਦਰਤੀ ਬਿਮਾਰੀਆਂ, ਭੂਚਾਲ, ਤੂਫਾਨ, ਇਹਨਾਂ ਨਾਲ ਜਿਹੜੇ ਇਨਸਾਨ ਦੁਖੀ ਹੁੰਦੇ ਆ। ਇਹਨਾਂ ਤਿੰਨਾਂ ਵਿੱਚ ਪਰਮੇਸ਼ੁਰ ਨਹੀਂ ਹੈ, ਇਹਨਾਂ ਤਿੰਨਾਂ ਦਾ ਪ੍ਰਭਾਵ ਉਹਦੇ 'ਤੇ ਨਹੀਂ ਹੈ। ਪਰ ਜੇ ਕੋਈ ਪਰਮੇਸ਼ੁਰ ਦਾ ਸਿਮਰਨ ਕਰਦਾ ਤਾਂ ਇਹ ਤਿੰਨੇ ਹੀ ਰੋਗ ਵਾਹਿਗੁਰੂ ਦੇ ਸਿਮਰਨ ਦੁਆਰਾ ਦੂਰ ਹੋ ਸਕਦੇ ਆ, ਸਭ ਖਤਮ ਹੋ ਜਾਂਦੇ ਆ ਔਰ ਸਾਰੇ ਹੀ ਤਾਪ, ਤਿੰਨੇ ਤਾਪ ਬਿਨਸ ਜਾਂਦੇ ਆ। ਮਨ ਦੀਆਂ ਤ੍ਰਿਸ਼ਨਾਵਾਂ, ਆਸ਼ਾਵਾਂ ਵੀ ਬੁੱਝ ਜਾਂਦੀਆਂ ਔਰ ਸਾਰੇ ਸੋਗ ਸੰਤਾਪ ਦੂਰ ਹੋ ਜਾਂਦੇ। ਕਿਉਂਕਿ ਜਿਸ ਪਰਮੇਸ਼ੁਰ ਜਾਂ ਜਿਸ ਸ਼ਕਤੀ ਹਸਤੀ ਕੋਲ ਉਹ ਔਗਣ ਜਾਂ ਰੋਗ ਨਾ ਹੋਣ ਜਿਹੜੇ ਸਾਨੂੰ ਲੱਗੇ ਹਨ, ਉਹੀ ਉਹ ਸਾਡਾ ਰੋਗ ਨਿਵਾਰਨ ਕਰ ਸਕਦਾ, ਸਾਡਾ ਦੁੱਖ ਦੂਰ ਕਰ ਸਕਦਾ। ਕਿਉਂਕਿ ਪਰਮੇਸ਼ੁਰ ਰੋਗ ਹੈ ਪੂਰਨ ਤੌਰ 'ਤੇ, ਇਸੇ ਕਰਕੇ ਉਸ ਪਰਮੇਸ਼ੁਰ ਦੀ ਸ਼ਰਨ ਲੈਣੀ ਹੈ ਜਿਹੜਾ ਸਾਡੇ ਵੀ ਰੋਗ ਦੂਰ ਕਰਨ ਯੋਗ ਹੈ। ਹੋਰ ਕੋਈ ਸੰਸਾਰਕ ਵਿਅਕਤੀ ਐਸਾ ਨਹੀਂ ਕਰ ਸਕਦਾ। ਨਮਸਤੰਗ ਅਗਾਏ, ਨਮਸਤੰਗ ਅਬਾਏ, ਨਮਸਤੰਗ ਤ੍ਰਿਭਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ। ਅਗਾਏ ਅਥਾ, ਜਿਹਦਾ ਕੋਈ ਥਾ ਨਹੀਂ ਪਾਇਆ ਜਾ ਸਕਦਾ। ਅਬਾਹੇ, ਜਿਹੜਾ ਅਹਿਲ ਹੈ, ਜਿਹੜਾ ਹਿਲਾਇਆ ਨਹੀਂ ਜਾ ਸਕਦਾ। ਤ੍ਰਿਵਰਗੇ, ਤ੍ਰਿਵਰਗ ਧਰਮ ਅਰਥ ਕਾਮ, ਇਹ ਤਿਰ ਸੰਸਾਰਕ ਤੌਰ 'ਤੇ ਤਿੰਨ ਵਰਗ ਮੰਨੇ ਗਏ ਜਿਨ੍ਹਾਂ ਵਿੱਚ ਸੰਸਾਰ ਵਿਚਰ ਰਿਹਾ ਹੈ, ਇਹ ਵੀ ਪਰਮੇਸ਼ੁਰ ਇਹਨਾਂ ਤੋਂ ਵੀ ਉੱਪਰ ਹੈ। ਧਰਮ ਅਰਥ ਕਾਮ ਦਾ ਉਹਦੇ 'ਤੇ ਅਸਰ ਨਹੀਂ। ਅਸਰਗੇ, ਅਜਨਮਾ, ਉਹ ਜਨਮ ਤੋਂ ਰਹਿਤ ਹੈ, ਉਹਦਾ ਜਨਮ ਨਹੀਂ ਹੋਇਆ। ਤੋ ਹੇ ਵਾਹਿਗੁਰੂ, ਤੈਨੂੰ ਨਮਸਕਾਰ ਹੈ, ਤੂੰ ਅਥਾਲ ਹੈ, ਅਥਾਹ ਹੈ, ਤੂੰ ਅਹਿਲ ਹੈ, ਤੂੰ ਤਿੰਨ ਤਰ੍ਹਾਂ ਦੀਆਂ ਸੰਸਾਰਕ ਇੱਛਾਵਾਂ ਤੋਂ ਮੁਕਤ ਹੈ, ਧਰਮ ਅਰਥ ਕਾਮ ਤੋਂ, ਤੈਨੂੰ ਸਾਡੀ ਨਮਸਕਾਰ ਹੈ, ਤੂੰ ਅਜਨਮਾ ਹੈ, ਤੇਰਾ ਜਨਮ ਨਹੀਂ ਹੁੰਦਾ। ਨਮਸਤੰਗ ਪ੍ਰਭੋਗੇ, ਪ੍ਰਭੋਗੇ ਜੋ ਚੰਗੀ ਤਰ੍ਹਾਂ ਮਾਣਿਆ ਜਾ ਸਕਦਾ, ਭੋਗਣਾ ਹੁੰਦਾ ਹੈ ਕਿਸੇ ਚੀਜ਼ ਨੂੰ, ਮਾਣਨਾ, ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਤੁਸੀਂ ਮਾਣ ਸਕਦੇ ਹੋ। ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਵਿੱਚੋਂ ਜੋ ਰਸ ਪ੍ਰਾਪਤ ਹੁੰਦਾ ਹੈ, ਹਰ ਬਿਨ ਕੱਛੂ ਨਾ ਲਾ ਗਈ ਭਗਤਨ ਕੋ ਮਿੱਠਾ, ਉਸ ਵਰਗਾ ਰਸ ਹੋਰ ਕਿਸੇ ਚੀਜ਼ 'ਚੋਂ ਨਹੀਂ ਆ ਸਕਦਾ। ਤੋ ਤੈਨੂੰ ਸਾਡੀ ਨਮਸਕਾਰ ਹੈ, ਕਿਉਂਕਿ ਭਗਤ ਤੇਰੀ ਭਗਤੀ ਦਾ, ਤੇਰੇ ਪ੍ਰੇਮ ਦਾ ਪੂਰਾ ਆਨੰਦ ਮਾਣ ਸਕਦੇ ਹਨ। ਨਮਸਤੰਗ ਸੰਜੋਗੇ, ਸੰਜੋਗੇ ਦਾ ਭਾਵ ਜੋ ਪੂਰੀ ਤਰ੍ਹਾਂ ਸੰਯੁਕਤ ਹੋਵੇ, ਮਿਲਿਆ ਹੋਇਆ ਹੋਵੇ। ਹੇ ਵਾਹਿਗੁਰੂ, ਤੂੰ ਸਾਰੇ ਸੰਸਾਰ ਵਿੱਚ ਪੂਰੀ ਤਰ੍ਹਾਂ ਜੁੜਿਆ ਹੋਇਆ, ਮਿਲਿਆ ਹੋਇਆ, ਤੈਨੂੰ ਸਾਡੀ ਨਮਸਕਾਰ ਹੈ। ਨਮਸਤੰਗ ਅਰੰਗੇ, ਉਸ ਵਾਹਿਗੁਰੂ ਦਾ ਕੋਈ ਰੰਗ ਨਹੀਂ। ਹੇ ਰੰਗ ਰਹਿਤ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਨਮਸਤੰਗ ਅਪੰਗੇ,
अविनाशी जिन्हों को भंग नहीं सकता तोड़ नहीं सकता हे वाहिगुरु जिन्हों कोई तोड़ नहीं सकता तैनू सानू सानू तेनू साड़ी नमस्कार है। तो इस प्रकार परमेश्वर के बेअंत गुणों का बयान कर रहे हैं और इन्हां बारे ही बाणी विच भी पातशाह ने फरमाया कि सब जगह परमेश्वर रमिया होया। सोठ राग विच पातशाह फरमाते हैं सगल बनस्पत मैं बैसंतर सगल दूध मैं किया ऊंच नीच मैं जोत समाणी कट कट माधो जिया। हे वाहिगुरु तो सारी सृष्टि विच रमिया होया सारे ही अग दे विच भी परमेश्वर की जोत सारे रूप विच परमेश्वर का निवास सारे दुद्धां विच परमेश्वर रूपी घ्यो और सारे ऊंच नीचा विच परमेश्वर का वास है कट कट विच है। संतो कट कट रहो समायो पूरन पूर रहो सर्व मैं जल थल रमैया आयो। हे संत जनों ਉਹ ਤਾਂ ਹਰ ਹਜ਼ਰੇ ਵਿੱਚ ਸਮਾਇਆ ਹੋਇਆ ਕੋਈ ਥਾਂ ਐਸੀ ਨਹੀਂ ਜਿਹਦੇ ਤੋਂ ਖਾਲੀ ਹੋਵੇ ਉਹ ਪੂਰੀ ਤਰ੍ਹਾਂ ਰਮਿਆ ਹੋਇਆ ਜਿਸ ਨੂੰ ਉੱਪਰ ਸੰਯੁਕਤ ਕਿਹਾ ਹੈ ਪੂਰੀ ਤਰ੍ਹਾਂ ਮਿਲਿਆ ਹੋਇਆ ਪੂਰੀ ਤਰ੍ਹਾਂ ਇੱਕ ਮਿਕ ਹੈ ਜਲ ਥਲ ਰਮਈਆ ਆਇਓ ਜਲ ਵਿੱਚ ਵੀ ਥਲ ਵਿੱਚ ਵੀ ਹਰ ਥਾਂ 'ਤੇ ਉਹ ਵਾਹਿਗੁਰੂ ਜਿਹੜਾ ਹੈ ਆਪਣੀ ਸ੍ਰਿਸ਼ਟੀ ਨਾਲ ਇੱਕ ਮਿਕ ਹੋਇਆ ਹੋਇਆ ਹੈ। ਸੋ ਇਹ ਪਰਮੇਸ਼ੁਰ ਦੀਆਂ ਅਚੱਜ ਖੇਡਾਂ ਹਨ ਕਿ ਸਾਰੀ ਸ੍ਰਿਸ਼ਟੀ ਨੂੰ ਸਜਾ ਕੇ ਔਰ ਸਾਰੀ ਸ੍ਰਿਸ਼ਟੀ ਵਿੱਚ ਆਪ ਰਮਿਆ ਹੋਇਆ ਹੈ ਪਰ ਫਿਰ ਵੀ ਸਾਨੂੰ ਜੀਵਾਂ ਨੂੰ ਉਹਦੇ ਦਰਸ਼ਨ ਨਹੀਂ ਹੁੰਦੇ ਅਸੀਂ ਉਹਦਾ ਅਨੁਭਵ ਨਹੀਂ ਕਰ ਸਕਦੇ। ਨਮਸਤੰਗ ਅਗੰਮੇ ਨਮਸਤਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ। ਅਗੰਮੇ ਗਮ ਦਾ ਭਾਵ ਹੁਣ ਪਹੁੰਚ ਸਕਣਾ ਪਰਮੇਸ਼ੁਰ ਐਸੀ ਹਸਤੀ ਹੈ ਜਿਸ ਨੂੰ ਕੋਈ ਪਹੁੰਚ ਨਹੀਂ ਸਕਦਾ ऐसे परमेश्वर नूं साडी नमस्कार है। परमेश्वर बहुत ही सुंदर हस्ती है इत्थे नमस्त अस्त आख्या तैनू साडी नमस्कार है। नमस्त अस्त दो शब्दों का योग बनिया है नमस्त अस्त तैनू साडी नमस्कार है जो बहुत ही सुंदर है वाहिगुरु तेरा रूप बड़ा ही सुंदर है। नमस्तंग जलाश्रय जल आश्रय जल का भंडारा समुंदर तू समुंदर रूप है तू जलां दा रूप है तैनू साडी नमस्कार है। नमस्तंग अभंगे अभंग जिहदा कोई नाश नहीं कर सकदा हे वाहिगुरु। नमस्तंग निराश्रे तू किसे दा आसरा तैनू लोड़ दी लैण दी लोड़ नहीं तू निराश्रा है तेरी सानू नमस्कार है। तो पातशाह ने उस परमेश्वर की सर्वव्यापकता और सर्व समर्था प्रगट की। वार सोरठ महला चौथा विच पातशाह कहते हैं तुदे आपे जगत उपाय कै आप खेल रचाया त्रै गुणे आप सिरजया माया मोह वधाया। हे वाहिगुरु इस संसार रूपी जगत रूपी खेड नूं तू आप ही रचाया है और ਇਹਦੇ ਵਿੱਚ ਤਿੰਨ ਗੁਣ ਤੂੰ ਆਪ ਹੀ ਪੈਦਾ ਕੀਤੇ ਹਨ ਮਾਇਆ ਦੇ ਰਜੋ ਤਮੋ ਸਤੋ ਔਰ ਇਹਨਾਂ ਤਿੰਨਾਂ ਗੁਣਾਂ ਵਿੱਚ ਹੀ ਸਾਰਾ ਸੰਸਾਰ ਭਰਮ ਰਿਹਾ ਹੈ ਭਟਕ ਰਿਹਾ ਹੈ ਗੁਆਚਿਆ ਹੋਇਆ ਹੈ। ਸੋ ਇਹ ਸਾਰੀ ਖੇਡ ਉਸ ਪਰਮੇਸ਼ੁਰ ਦੀ ਆਪਣੀ ਹੈ। ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤੇ ਅਜਬੇ। ਅਜਾਤ ਕੋਈ ਜਾਤ ਪਾਤ ਜਾਂ ਕੁੱਲ ਤੋਂ ਰਹਿਤ ਹੈ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ। ਨਮਸਤੰਗ ਅਪਾਤੇ ਤੇਰੀ ਕੋਈ ਪਾਤ ਨਹੀਂ ਭਾਵ ਕੋਈ ਵਰਗ ਨਹੀਂ ਤੈਨੂੰ ਸਾਡੀ ਨਮਸਕਾਰ ਹੈ। ਨਮਸਤੰਗ ਅਮਜਬੇ ਤੇਰਾ ਕੋਈ ਧਰਮ ਨਹੀਂ ਜਿਸ ਤਰ੍ਹਾਂ ਸੰਸਾਰੀਆਂ ਨੇ ਆਪਣੇ ਆਪਣੇ ਧਰਮ ਮਜ਼ਹਬ ਬਣਾਏ ਹੋਏ ਵਾਹਿਗੁਰੂ ਦਾ ਕੋਈ ਐਸਾ ਧਰਮ ਨਹੀਂ ਹੈ। ਹੇ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ। ਨਮਸਤਸਤ ਅਜਬੇ ਨਮਸਤਸਤ ਸ਼ਬਦ ਫਿਰ ਆਇਆ ਨਮਸਤਸਤ नमस्कार है तैनू असाडी। हे वाहिगुरू जो आश्चर्य रूप है जिहदा बयान नहीं हो सकता कितना भी कोई बयान करे फिर भी बयान अधूरे रहिंदे हन। सो ऐसे परमेश्वर की हस्ती अगे साडी नमस्कार है। पातशाह
ਉਸ ਪਰਮੇਸ਼ੁਰ ਦੀ ਰਚਨਾ ਨੂੰ ਬੜਾ ਵਿਚਿੱਤਰ ਕਹਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਪੌੜੀਆਂ ਔਰ ਆਪਣੇ ਕਵਿਤਾ ਵਿੱਚ ਪਰਮੇਸ਼ੁਰ ਵਾਹਿਗੁਰੂ ਦੇ ਗੁਣਾਂ ਦਾ ਵਖਾਣ ਕੀਤਾ ਹੈ। ਭਾਈ ਸਾਹਿਬ ਆਪਣੀ ਇੱਕ ਕਵਿਤ ਵਿੱਚ ਉਸ ਪਰਮੇਸ਼ੁਰ ਦੀ ਰਚਨਾ ਦੀ ਵਿਚਿੱਤਰਤਾ ਪ੍ਰਗਟ ਕਰਦੇ ਹਨ। ਰਚਨਾ ਚਰਿੱਤਰ ਚਿੱਤਰ ਬਿਸਮ ਬਚਿੱਤਰਪਨ ਚਿੱਤਰ ਮੈਂ ਚਿਤੇਰਾ ਕੋ ਬਸੇਰਾ ਸੱਤ ਸੱਤ ਹੈ। ਇਹ ਜੋ ਰਚਨਾ ਰਚੀ ਹੈ ਉਸ ਪਰਮੇਸ਼ੁਰ ਨੇ ਬੜੀ ਵਿਚਿੱਤਰ ਹੈ ਔਰ ਵਿਚਿੱਤਰਤਾ ਹੀ ਇਹਦਾ ਮੂਲ ਹੈ, ਖਾਸਾ ਹੈ। ਪਰ ਇਸ ਤੋਂ ਵੀ ਅਗਲੀ ਗੱਲ ਹੈ, ਚਿੱਤਰ ਮੈਂ ਚਿਤੇਰਾ ਕੋ ਬਸੇਰਾ ਸੱਤ ਸੱਤ ਹੈ। ਇਹਦੀ ਵਿਚਿੱਤਰਤਾ ਵਿੱਚ ਇੰਨਾ ਗੁਆਚ ਜਾਈਏ, ਜੋ ਚਿਤੇਰਾ ਹੈ ਪਰਮੇਸ਼ੁਰ ਜਿਸ ਨੇ ਰਚਨਾ ਰਚੀ ਹੈ, ਜੋ ਪੇਂਟਰ ਹੈ ਉਸ ਦੀ ਹਸਤੀ ਨੂੰ ਪਛਾਣੀਏ, ਉਹੀ ਉਹ ਸੱਤ ਹੈ। ਇਹ ਰਚਨਾ ਤਾਂ ਇੱਕ ਛਲਾਵਾ ਹੈ, ਦਿਖਾਵਾ ਹੈ। ਤੋ ਜੋ ਰਚਨਾ ਰਚਨ ਵਾਲਾ ਪਰਮੇਸ਼ੁਰ ਹੈ, ਨਮਸਤਸਤ ਅਜਬੇ, ਉਹ ਕਮਾਲ ਹੀ ਹੈ, ਉਹਦੀ ਰਚਨਾ ਬੜੀ ਬੇਅੰਤ ਹੈ। ਨਮਸਤੰਗ ਅਦੇਸੇ ਨਮਸਤੰਗ ਅਭੇਸੇ ਨਮਸਤਨ ਨਿਤਾਮੇ ਨਮਸਤਨ ਨਿਭਾਮੇ ਅਦੇਸੇ ਦੇਸ ਰਹਿਤ ਅਭੇਸੇ ਭੇਖ ਰਹਿਤ, ਕੋਈ ਕਿਸੇ ਤਰ੍ਹਾਂ ਦਾ ਭੇਖ, ਕਿਸੇ ਤਰ੍ਹਾਂ ਦਾ ਕੋਈ ਗਾਰਮੈਂਟ ਉਸ ਪਰਮੇਸ਼ੁਰ ਨੇ ਨਹੀਂ ਪਾਇਆ ਹੋਇਆ। ਨਿਤਾਮੇ ਧਾਮ ਠਿਕਾਣਾ ਘਰ, ਕੋਈ ਪਰਮੇਸ਼ੁਰ ਦਾ ਇੱਕ ਘਰ ਨਹੀਂ, ਧਾਮ ਨਹੀਂ, ਟਿਕਾਣਾ ਨਹੀਂ। ਨਿਭਾਮੇ ਬਾਮ ਬਾਮਵਾਂ, ਵਾਮਾ ਸ਼ਬਦ ਸੰਸਕ੍ਰਿਤ ਵਿੱਚ ਆਇਆ, ਜਿਹਦਾ ਭਾਵ ਹੁੰਦਾ ਇਸਤਰੀ, ਉਹ ਇਸਤਰੀ ਤੋਂ ਪੈਦਾ ਨਹੀਂ ਹੋਇਆ। ਤੋ ਹੇ ਵਾਹਿਗੁਰੂ, ਤੈਨੂੰ ਸਾਡੀ ਨਮਸਕਾਰ ਹੈ। ਤੇਰਾ ਕੋਈ ਦੇਸ ਨਹੀਂ, ਤੇਰਾ ਕੋਈ ਭੇਸ ਨਹੀਂ, ਤੇਰਾ ਕੋਈ ਘਰ ਠਿਕਾਣਾ ਨਹੀਂ, ਔਰ ਤੇਰੇ ਤੂੰ ਇਸਤਰੀ ਤੋਂ ਪੈਦਾ ਨਹੀਂ ਹੋਇਆ, ਅਜੂਨੀ ਹੈ, ਅਜਨਮਾ ਹੈ। ਤੋ ਸਾਰੇ ਹੀ ਗੁਣ ਉਸ ਵਾਹਿਗੁਰੂ ਦੇ ਹਨ। ਸਤਿਗੁਰਾਂ ਨੇ ਅੱਗੇ ਜਾ ਕੇ ਦਾਸ ਜਾਪ ਸਾਹਿਬ ਜੀ ਫਰਮਾਇਆ, ਦੇਸ ਔਰ ਨਾ ਭੇਜ ਜਾ ਕਰ ਰੂਪ ਰੇਖ ਨਾ ਰਾਗ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨੂੰ ਰਾਗ। ਉਸ ਵਾਹਿਗੁਰੂ ਦਾ ਕੋਈ ਨਾ ਦੇਸ ਹੈ, ਨਾ ਭੇਸ ਹੈ, ਨਾ ਰੂਪ ਹੈ, ਨਾ ਰਾਗ ਹੈ। ਉਹ ਹਰ ਪਾਸੇ, ਚੌਂ ਪਾਸੇ, ਚਤਰ ਤਤਰ ਦਿਸਾ ਵਿਸਾ, ਹਰੇਕ ਦਿਸ਼ਾ ਵਿੱਚ ਪ੍ਰੇਮ ਹੋ ਕੇ ਫੈਲਿਆ ਹੋਇਆ। ਤੋ ਇਸ ਪ੍ਰਕਾਰ ਪਰਮੇਸ਼ੁਰ ਦੇ ਬੇਅੰਤ ਗੁਣ ਹਨ, ਅਨੰਤ ਗੁਣ ਹਨ, ਔਰ ਉਹ ਗੁਣ ਇਸ ਸੰਸਾਰ ਵਿੱਚ ਪਰਮੇਸ਼ੁਰ ਦੀ ਸਜਾਈ ਹੋਈ ਸ੍ਰਿਸ਼ਟੀ ਵਿੱਚੋਂ ਪ੍ਰਗਟ ਹੁੰਦੇ ਹਨ। ਜਦੋਂ ਵੀ ਜਗਿਆਸੂ ਸ੍ਰਿਸ਼ਟੀ ਨੂੰ ਵਾਚਦਾ ਹੈ, ਹਰੇਕ ਫੁੱਲ, ਹਰੇਕ ਪੱਤੇ, ਹਰੇਕ ਪੱਤੀ ਵਿੱਚੋਂ ਉਸ ਪਰਮੇਸ਼ੁਰ ਦੀਆਂ ਝਲਕਾਂ ਮਿਲਦੀਆਂ ਹਨ। ਭਾਈ ਸਾਹਿਬ ਭਾਈ ਗੁਰਵੀਰ ਸਿੰਘ ਜੀ ਦੀ ਰਵਾਈ ਯਾਦ ਆ ਗਈ, ਰੱਬ ਰੁੱਠ ਨਾ ਕਿਸੇ ਹੈ ਗੁੱਠ ਵੜਿਆ, ਉਹ ਗੁਮਰੁੱਠ ਨਾ ਕਿਸੇ ਆਕਾਸ਼ ਚੜਿਆ, ਕੁਦਰਤ ਸਾਜ ਕੇ ਕੁਦਰਤ ਦੇ ਵਿੱਚ ਵਸਦਾ, ਸਦਾ ਚਮਕਦਾ ਜੀਕੁਣਾ ਚੰਦ ਚੜਿਆ, ਹਰ ਫੁੱਲ ਹਰ ਪੱਤੇ ਹਰ ਪੱਤੀ ਅੰਦਰ ਰੂਪ ਉਸਦਾ ਮੋਤੀਆਂ ਵਾਂਗ ਜੜਿਆ, ਇਸ ਵਸਦੇ ਰਸ ਦੇ ਵਿੱਚ ਸੋਹਣਾ ਆਪ ਵਸਦਾ ਜਿਹਨੇ ਸੰਸਾਰ ਕਣਿਆ। ਤਾਂ ਸਾਰਾ ਇਹ ਸ੍ਰਿਸ਼ਟੀ ਇਹ ਉਸ ਪਰਮੇਸ਼ੁਰ ਦਾ ਨਿਵਾਸ ਹੈ। ਸਾਨੂੰ ਅੱਖ ਗੁਰੂ ਤੋਂ ਮਿਲੇਗੀ, ਗੁਰੂ ਦੀ ਭਗਤੀ ਦੁਆਰਾ, ਜਿਹਦੇ ਨਾਲ ਅਸੀਂ ਉਹਦੇ ਚਲਕਾਰੇ ਵੇਖ ਸਕਾਂਗੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।